जय जनता जय संघर्ष। मेरे बहुत ही सत्कारयोग ETT 94 केडर साथियों, जिस तरह तुहानू पता ही है कि 17 तरीक तो लैके तो कल 4 तरीक तक जिहड़ी लगातार अपनी काउंसलिंग चली सी, सो काउंसलिंग जिहड़ी ओह कंप्लीट हो चुकी आ। सारे साथियों नू बधाइयां जिन्हां जिन्हां ने काउंसलिंग करा ली आ। सो साथियों, जिहड़े जिहड़े साथी ਨੂੰ ਉਮੀਦ ਆ ਵੀ ਜਿਹੜੀ 6994 ਭਰਤੀ ਦੇ ਵਿੱਚੋਂ ਜਿਹੜਾ 2994 ਬੈਕਲੌਗ ਆ ਉਹ ਪੂਰਾ ਹੋਣ ਨਾਲ ਸਾਡਾ ਵੀ ਨੰਬਰ ਆਊਗਾ, ਸੋ ਉਹਨਾਂ ਦੀ ਉਮੀਦ ਨੂੰ ਦੇਖਦੇ ਹੋਏ ਜਾਂ ਖਰੇ ਉਤਰਦੇ ਹੋਏ ਜਿਹੜੀ ਹੁਣ ਆਪਣੀ ਅਗਲੀ ਲੜਾਈ ਆ ਸਾਥੀਓ, ਉਹ 2994 ਬੈਕਲੌਗ ਨੂੰ ਜਿਹੜਾ ਡੀ ਰਿਜ਼ਰਵ ਕਰਾ ਕੇ ਅਤੇ 6994 ਭਰਤੀ ਨੂੰ ਪੂਰੀ ਕਰਨ ਦੀ ਆ। ਸੋ ਸਾਥੀਓ, ਜਿਸ ਤਰ੍ਹਾਂ ਪਹਿਲਾਂ ਵੀ ਤੁਹਾਡੇ ਸਾਥ ਨਾਲ ਆਪਾਂ ਇੱਥੋਂ ਤੱਕ ਆਏ ਹਾਂ, ਉਮੀਦ ਕਰਦੇ ਹਾਂ ਕਿ ਅੱਗੇ ਵੀ ਤੁਹਾਡੇ ਸਾਥ ਨਾਲ ਅਤੇ ਸਟੇਟ ਕਮੇਟੀ 2994 ਪੋਸਟਾਂ ਜਿਹੜੀਆਂ ਡੀ ਰਿਜ਼ਰਵ ਕਰਾਉਣ ਦੇ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰੂਗੀ। ਪਰ ਤੁਹਾਡਾ ਸਾਥ ਸਾਥੀ ਹੁਣ ਗਰਾਊਂਡ ਲੈਵਲ 'ਤੇ ਆਪਾਂ ਨੂੰ ਚਾਹੀਦਾ, ਚਾਹੇ ਉਹ ਕੋਈ ਧਰਨਾ ਹੋਵੇ, ਚਾਹੇ ਸਾਨੂੰ ਕਿਤੇ ਪੱਕਾ ਮੋਰਚਾ ਲਾਉਣਾ ਪਵੇ ਸਾਥੀਓ, ਕਿਉਂਕਿ ਜੋ ਕੰਮ ਪੈਸੇ ਨਾਲ ਹੋਣਾ ਸੀ ਕੋਰਟ ਵਾਲਾ, ਉਹ ਤਾਂ ਪੈਸੇ ਨਾਲ ਤੁਹਾਡੇ ਫੰਡ ਨਾਲ ਹੋ ਗਿਆ। ਜਿਹੜਾ ਹੁਣ ਆਪਣਾ ਕੰਮ ਆ ਇਹ ਸਾਥੀਓ ਗਰਾਊਂਡ ਲੈਵਲ ਦੀ ਲੜਾਈ ਆ। ਪਹਿਲਾਂ ਡਿਪਾਰਟਮੈਂਟ ਨਾਲ ਮੀਟਿੰਗਾਂ ਕਰੀਆਂ ਜਾਣਗੀਆਂ, ਸੋ ਉਮੀਦ ਕਰਦੇ ਹਾਂ ਕਿ ਡਿਪਾਰਟਮੈਂਟ ਮੀਟਿੰਗਾਂ ਨਾਲ ਹੀ ਜਿਹੜਾ ਉਹ 2994 ਬੈਕਲੌਗ ਡੀ ਰਿਜ਼ਰਵ ਕਰ ਦੇਵੇ। ਜੇ ਉਹਦੇ ਵਿੱਚ ਕੋਈ ਵੀ ਆਨਾਕਾਨੀ ਹੁੰਦੀ ਆ ਜਾਂ ਸਰਕਾਰ ਆਨਾਕਾਨੀ ਕਰੂਗੀ, ਉਹਦੇ ਵਿੱਚ ਸਰਕਾਰ ਨਾ ਕੋਈ ਅਥਾਰਟੀ ਜਾਂ ਮਨਜ਼ੂਰੀ ਦੇਊਗੀ। ਸੋ ਸਾਥੀਓ, ਆਪਾਂ ਨੂੰ ਹਰ ਤਰ੍ਹਾਂ ਦਾ ਹੀਲਾ ਵਰਤਣਾ ਪੈਣਾ ਅਤੇ 2994 ਜਿਹੜਾ ਬੈਕਲੌਗ ਆ ਉਸਨੂੰ ਡੀ ਰਿਜ਼ਰਵ ਕਰਾ ਕੇ 6994 ਭਰਤੀ ਪੂਰੀ ਜਿਹੜੀ ਆਪਾਂ ਸਰਕਾਰ ਤੋਂ ਲੈਣੀ ਆ, ਤਾਂ ਜੋ ਸਾਥੀ ਜਿਹੜੇ ਆਪਣੇ 6994 ਮੈਰਿਟ ਦੇ ਅਨੁਸਾਰ ਲੱਗ ਸਕਦੇ ਨੇ ਉਹ ਆਪਣੀ ਜੌਬ ਵਿੱਚ ਆਉਣ ਅਤੇ ਰੁਜ਼ਗਾਰ ਵਿੱਚ ਆਉਣ। ਸੋ ਸਾਥੀਓ, ਪਹਿਲੀ ਗੱਲ ਤਾਂ ਪਰਮਾਤਮਾ ਕਰੇ ਕਿ ਮੀਟਿੰਗਾਂ ਦੇ ਨਾਲ ਹੀ ਡੀ ਰਿਜ਼ਰਵ ਹੋ ਜਾਣ, ਜੇ ਫਿਰ ਵੀ ਕੁਛ ਨਹੀਂ ਹੁੰਦਾ ਤਾਂ ਤੁਸੀਂ ਅਗਲੀ ਰਣਨੀਤੀ ਵਾਸਤੇ ਤਿਆਰ ਰਹਿਣਾ। ਸੋ ਸਾਥੀਓ, ਇੰਨਾ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੈ ਜਨਤਾ ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ।